ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਠ ਮਹੀਨੇ ਦੀ ਸੰਗਰਾਂਦ ਹੈ ਜੀ, ਸਾਰਿਆਂ ਨੂੰ ਜੇਠ ਮਹੀਨੇ ਦੀ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ ਹੋਣ। ਪਰਮਾਤਮਾ ਕਰੇ ਸਭ ਦਾ ਮਹੀਨਾ ਸੁੱਖੀ ਸਾਂਦੀ ਲੰਘੇ। ਹਰ ਜੇਠ ਜੜੰਦਾ ਲੋੜੀ ਹੈ, ਜਿਸ ਅੱਗੇ ਸਭ ਨੇ ਵੰਨ। ਜੇਠ ਤੋਂ ਭਾਵ ਹੈ ਵੱਡਾ, ਜੇਠ ਮਹੀਨੇ ਅੰਦਰ ਪਰਿਪੂਰਨ ਪਰਮਾਤਮਾ ਅੱਗੇ ਨਿਮਣਾ ਕਰ, ਸਿਜਦਾ ਕਰ, ਉਹ ਸਭ ਨਾਲੋਂ ਵੱਡਾ ਹੈ, ਜਿਸ ਅੱਗੇ ਸਾਰਾ ਸੰਸਾਰ ਜਗਤ ਝੁੱਕ ਕੇ ਨਮਸਕਾਰ ਕਰਦਾ ਹੈ। ਉਸ ਵਾਹਿਗੁਰੂ ਨੂੰ ਸਿਜਦਾ ਕਰ ਜੋ ਸਭ ਨਾਲੋਂ ਵੱਡਾ ਹੈ। ਹੁਣ ਜਿਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਾਂਗੇ, ਵਾਹਿਗੁਰੂ ਦੇ ਨਾਲ ਨਾਲ ਆਪਣੇ ਮਨ ਨੂੰ ਤਨ ਨੂੰ ਵੀ ਰੰਗਾਂਗੇ। ਤਾਂ ਵਾਹਿਗੁਰੂ ਨੇ ਕਿਹਾ ਹੈ ਕਿ ਪ੍ਰਾਪਤੀ ਕੀ ਹੈ, ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੋ, ਅਤੇ ਜੋ ਚਰਨਾਂ ਦੇ ਨਾਲ ਜੁੜਦਾ ਹੈ ਅਤੇ ਪਰਮਾਤਮਾ ਉਸ ਨੂੰ ਜਮਾਂ ਦੇ ਵੱਸ ਨਹੀਂ ਪੈਣ ਦਿੰਦਾ। ਕਹਿਣ ਤੋਂ ਭਾਵ ਜਮਾਂ ਦੀ ਮਾਰ ਤੋਂ ਇਨਸਾਨ ਬਚ ਜਾਂਦਾ ਹੈ, ਉਹਦੇ ਹਿਰਦੇ ਵਿੱਚੋਂ ਜਮਾਂ ਦਾ ਡਰ ਭਾਵ ਮੌਤ ਦਾ ਡਰ ਨਿਕਲ ਜਾਂਦਾ ਹੈ, ਨਿਰਭੈ ਹੋ ਕੇ ਸੰਸਾਰ ਵਿੱਚ ਵਿਚਰਦਾ ਹੈ। ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਜੋ ਨਾਮ ਜਪਦਾ ਹੈ ਉਹਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ। ਇੱਕ ਦੁਨਿਆਵੀ ਧਨ ਹੈ ਜਿਸ ਨੂੰ ਮਨੁੱਖ ਮਿਹਨਤ ਕਰਕੇ ਜੋੜਦਾ ਹੈ, ਪਰ ਹਰ ਵਕਤ ਡਰ ਬਣਿਆ ਰਹਿੰਦਾ ਹੈ ਕਿਤੇ ਕੋਈ ਚੋਰ ਚੋਰੀ ਨਾ ਕਰ ਲਵੇ, ਕਿਤੇ ਘਾਟਾ ਨਾ ਪੈ ਜਾਵੇ। ਪਰ ਗੁਰੂ ਆਖਦੇ ਨੇ ਪਰਮੇਸ਼ਰ ਦਾ ਨਾਮ ਸਭ ਤੋਂ ਕੀਮਤੀ ਹੈ, ਪਰਮੇਸ਼ਰ ਦਾ ਨਾਮ ਉਸ ਨੂੰ ਤੂੰ ਇਕੱਤਰ ਕਰ, ਉਹਨੂੰ ਨਾ ਕੋਈ ਚੋਰ ਚੋਰੀ ਕਰ ਸਕਦਾ ਹੈ ਅਤੇ ਨਾ ਹੀ ਕੋਈ ਮੀਂਹ ਤੂਫਾਨ ਵੱਡੇ ਦਰਿਆ ਇਸ ਨੂੰ ਰੋੜ ਕੇ ਲਿਜਾ ਸਕਦੇ ਹੈ। ਅੱਗ ਦਾ ਸੁਭਾਅ ਇਹ ਸੜ ਕੇ ਸਵਾਹ ਕਰ ਦੇਣਾ, ਪਰ ਅੱਗ ਵੀ ਇਹਨੂੰ ਸਾੜ ਨਹੀਂ ਸਕਦੀ। ਜਿਵੇਂ ਜਿਵੇਂ ਤੂੰ ਪਰਮਾਤਮਾ ਦੇ ਨਾਮ ਵਿੱਚ ਆਪਣੇ ਮਨ ਤਨ ਨੂੰ ਰੰਗੇਗਾ, ਤੈਨੂੰ ਸਮਝ ਲੱਗ ਜਾਵੇਗੀ ਕਿ ਪਰਮਾਤਮਾ ਨੇ ਜਿੰਨੇ ਵੀ ਕੌਤਕ ਕਰ ਰਹੇ ਆ ਉਹ ਸਾਰੇ ਹੀ ਤੇਰੇ ਮਨ ਵਿੱਚ ਪਿਆਰੇ ਲੱਗਣ ਲੱਗ ਪੈਣਗੇ। ਵਾਹਿਗੁਰੂ ਦੀ ਰਜ਼ਾ ਵਿੱਚ ਰਹਿ, ਉਹ ਰਜ਼ਾ ਵਿੱਚ ਰਹਿ ਕੇ ਪ੍ਰਸੰਨ ਹੋ ਕੇ ਗੁਰੂ ਦਾ ਸ਼ੁਕਰਾਨਾ ਕਰ। ਨਹੀਂ ਤਾਂ ਆਮ ਕਰਕੇ ਮਨੁੱਖ ਦੁੱਖ ਵੇਲੇ ਪਰਮਾਤਮਾ ਨੂੰ ਲਾਂਭੇ ਦਿੰਦਾ ਹੈ, ਅਸੀਂ ਤਾਂ ਕੁਝ ਮਾੜਾ ਨਹੀਂ ਕੀਤਾ, ਸਾਡੇ ਨਾਲ ਐਵੇਂ ਕਿਉਂ ਹੋਇਆ। ਅਤੇ ਜਦੋਂ ਨਾਮ ਦੀ ਕਮਾਈ ਕਰਦਾ ਹੈ ਤਾਂ ਦੁੱਖ ਵੀ ਪਰਮਾਤਮਾ ਦੀ ਦਾਤ ਸਮਝ ਕੇ ਪ੍ਰਵਾਨ ਕਰ ਲੈਂਦਾ ਹੈ। ਜਿੱਥੇ ਦੁੱਖ ਸੁੱਖ ਨੂੰ ਦਾਤ ਸਮਝ ਕੇ ਝੋਲੀ ਵਿੱਚ ਪਾਉਂਦੇ ਹਾਂ, ਤਾਂ ਨਾਮ ਜਪਣ ਵਾਲੇ ਨੂੰ ਜੇਕਰ ਜੀਵਨ ਵਿੱਚ ਦੁੱਖ ਆ ਜਾਵੇ ਤਾਂ ਉਸਨੂੰ ਵੀ ਹੱਸ ਕੇ ਕਬੂਲ ਕਰ ਲੈਂਦੇ ਨੇ, ਉਹਨੂੰ ਆਪਣੀ ਝੋਲੀ ਵਿੱਚ ਪਵਾ ਲੈਂਦੇ ਨੇ। ਜਦੋਂ ਨਾਮ ਦੀ ਕਮਾਈ ਮਨੁੱਖ ਕਰਦਾ ਹੈ ਤਾਂ ਉਸ ਨੂੰ ਪਰਮਾਤਮਾ ਦੀ ਬਹੁਤ ਵੱਡੀ ਦਾਤ ਮਿਲਦੀ ਹੈ। ਪ੍ਰਭੂ ਪਰਮੇਸ਼ਰ ਨੇ ਆਪ ਜੀਵ ਪੈਦਾ ਕੀਤੇ ਨੇ, ਸੰਸਾਰ ਰਚਿਆ ਹੈ, ਭਾਤ ਭਾਤ ਦੇ ਜੀਵ ਉਹਨਾਂ ਨੇ ਬਣਾਏ ਆ। ਪ੍ਰਭੂ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਦਾ ਹੈ, ਜੋ ਜੀਵਾਂ ਪਾਸੋਂ ਕਰਵਾਉਣਾ ਚਾਹੇ ਉਹ ਜੀਵਾਂ ਤੋਂ ਕਰਵਾਉਂਦਾ ਹੈ। ਕਹਿਣ ਤੋਂ ਭਾਵ ਜੋ ਉਹ ਜੀਵਾਂ ਤੋਂ ਮਰਜ਼ੀ ਕਰਵਾਉਂਦਾ ਹੈ ਉਸ ਵਿੱਚ ਉਹਦੀ ਰਜ਼ਾ ਹੈ, ਉਹ ਕਿਸੇ ਦੀ ਸਲਾਹ ਮਸ਼ਵਰਾ ਨਹੀਂ ਲੈਂਦਾ। ਜਿਨ੍ਹਾਂ ਨੂੰ ਪਰਮੇਸ਼ਰ ਨੇ ਸਿਫਤ ਸਲਾਹ ਦੀ ਦਾਤ ਬਖਸ਼ੀ ਹੈ, ਆਪਣਾ ਬਣਾ ਲਿਆ, ਉਹਨੂੰ ਜਗਤ ਦੀ ਸੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ। ਪਰ ਗੁਰੂ ਸਾਹਿਬ ਆਖਦੇ ਨੇ ਪਰਮਾਤਮਾ ਜੀਵਾਂ ਦੇ ਆਪਣੇ ਸਿਆਣਪ ਨਾਲ ਨਹੀਂ ਮਿਲਦਾ, ਉਹ ਤਾਂ ਹਰੇਕ ਨੂੰ ਮਿਲਣਾ ਚਾਹੁੰਦਾ ਹੈ, ਹਰੇਕ ਯਤਨ ਕਰਦਾ ਕਿ ਪਰਮਾਤਮਾ ਨਾਲ ਮੇਰਾ ਮਿਲਾਪ ਹੋ ਜਾਵੇ। ਪਰ ਗੁਰੂ ਆਖਦੇ ਨੇ ਸਿਆਣਪ ਦੇ ਨਾਲ ਨਹੀਂ, ਜਿਨ੍ਹਾਂ ਨੇ ਗੁਰੂ ਦਾ ਸਾਥ ਇੱਕ ਗੁਰੂ ਦੇ ਲੜ ਲੱਗ ਗਏ ਅਤੇ ਉਹ ਗੁਰੂ ਪਰਮੇਸ਼ਰ ਨਾਲ ਮਿਲਾਉਂਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ
ਜਿਸ ਦਿਨ ਤੇਰੇ ਮੱਥੇ ਦੇ ਭਾਗ ਜਾਗ ਪਏ ਉਸ ਦਿਨ ਤੈਨੂੰ ਜੇਠ ਮਹੀਨਾ ਸੁਹਾਵਣਾ ਲੱਗਣ ਲੱਗ ਪਵੇਗਾ, ਭਾਗਾ ਭਰਿਆ ਲੱਗੇਗਾ। ਉਹਨੂੰ ਪ੍ਰਭੂ ਮਾਲਕ ਮਿਲਦਾ ਹੈ ਜੋ ਨਾਮ ਜਪਦੇ ਨੇ, ਜੋ ਪੂਰੇ ਗੁਰੂ ਦੇ ਲੜ ਲੱਗਦੇ ਨੇ। ਪੂਰੇ ਗੁਰੂ ਨੇ ਸਾਡਾ ਮਿਲਾਪ ਪਰਮੇਸ਼ਰ ਪਰਮਾਤਮਾ ਨਾਲ ਕਰਾਉਣਾ ਹੈ। ਗੁਰੂ ਸਾਹਿਬ ਨੇ ਇਹੀ ਸਮਝਾਇਆ ਹੈ ਕਿ ਸਭ ਨਾਲੋਂ ਵੱਡਾ ਉਹ ਹੈ ਜਿਸ ਅੱਗੇ ਸ੍ਰਿਸ਼ਟੀ ਨਿਮਦੀ ਹੈ, ਜਿਹਦੇ ਹੁਕਮ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ। ਉਹ ਪਰਮਾਤਮਾ ਅੱਗੇ ਨਿਮਣਾ ਕਰ, ਨਮਸਕਾਰ ਕਰ ਅਤੇ ਆਪਾਂ ਅਰਦਾਸ ਕਰੀਏ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਤਿਗੁਰ, ਇਹ ਮਹੀਨਾ ਜੋ ਪ੍ਰਾਰੰਭ ਹੋਇਆ ਹੈ ਸਾਡਾ ਸਾਰਿਆਂ ਦਾ ਸੁਖਮਈ ਆਨੰਦਮਈ ਨਾਮ ਜਪਦਿਆਂ ਬਤੀਤ ਕਰਾਉਣਾ, ਅਤੇ ਨਾਲ ਹੀ ਆਪਾਂ ਨੂੰ ਸਮੁੱਚੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਕਿ ਪਰਮਾਤਮਾ ਸਾਰਿਆਂ ਨੂੰ ਬਿਮਾਰੀਆਂ ਤੋਂ ਮੁਕਤ ਕਰਨਾ, ਜੀਵ ਜੰਤੂ ਸਭ 'ਤੇ ਮਿਹਰ ਭਰਿਆ, ਫਸਲਵਾੜੀ 'ਤੇ ਮਿਹਰ ਭਰਿਆ, ਸਦਾ ਹੀ ਹੱਥ ਰੱਖਦੇ ਰਹਿਣਾ ਮਹਾਰਾਜ। ਸੋ ਜੇਠ ਮਹੀਨੇ ਦੀ ਸੰਗਰਾਂਦ ਦੀਆਂ ਫਿਰ ਤੁਹਾਨੂੰ ਲੱਖ ਲੱਖ ਵਧਾਈਆਂ। ਜੇਠ ਮਹੀਨੇ ਦੀ ਬਾਰੇ ਦੱਸਦਿਆਂ, ਜੇ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ਼ ਕਰਨਾ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਅਤੇ ਕਮੈਂਟ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।